ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਦਾ। ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸੋ ਚਲੋ ਜੀ, ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ। ਅਤੇ ਬੱਚੇ ਜਾ ਚੁੱਕੇ ਨੇ ਸਕੂਲ, ਟਾਈਮ 7 ਵੱਜ ਗਏ ਨੇ ਅਤੇ ਮੈਂ ਕਰਨ ਲੱਗੀ ਹਾਂ ਹੁਣ ਬਸ ਰੂਮ ਦੀ ਸੈਟਿੰਗ। ਅਤੇ ਰੂਮ ਦੀ ਸੈਟਿੰਗ ਕਰਕੇ ਉਸ ਤੋਂ ਬਾਅਦ ਹੁੰਦੇ ਹਾਂ ਰੈਡੀ, ਫਿਰ ਚੱਲਦੇ ਹਾਂ ਨੀਚੇ। ਔਰ ਮੈਂ ਸੋਚਿਆ ਕਿ ਅੱਜ ਮੈਂ ਸਾਰਾ ਦਿਨ ਰੈਸਟ ਕਰੂੰਗੀ, ਬਟ ਨਹੀਂ, ਇੰਦਰਜੀਤ ਕਹਿੰਦੇ ਨਹੀਂ ਗੱਡੀ ਲੈ ਕੇ ਜਾਣਾ ਤਾਂ ਕਿਸੇ ਪਾਸੇ ਵੀ, ਅਤੇ ਕਹਿੰਦੇ 10-11 ਵਜੇ ਆਪਦਾ ਨਿਕਲ ਜਾ ਕਰ, ਫਿਰ ਤੂੰ 2-3 ਵਜੇ ਘਰੇ ਵੜਿਆ ਕਰ, ਅਤੇ ਦੇਖਦੇ ਹਾਂ ਅੱਜ ਆਪਾਂ ਕਿੱਧਰ ਨੂੰ ਜਾਣਾ, ਗੱਡੀ ਲੈ ਕੇ ਸਲਾਹ ਕਰਦੇ ਹਾਂ। ਔਰ ਫਿਲਹਾਲ ਮੈਂ ਰੂਮ ਦੀ ਸੈਟਿੰਗ ਕਰਕੇ ਪਹਿਲਾਂ ਤਾਂ ਹੋਵਾਂ ਰੈਡੀ। ਇੰਦਰਜੀਤ ਪਾ ਰਹੇ ਨੇ ਬਾਹਰ ਬੂਟਿਆਂ ਨੂੰ ਪਾਣੀ। ਸੈਂਡੀ ਅਤੇ ਸੈਮ ਉਹ ਰਹੇ, ਫਰੋਜ਼ਨ ਵੀ ਇੱਥੇ ਸੀਗੀ, ਆ ਗਈ, ਖੇਡਦੇ ਫਿਰਦੇ ਸੀ। ਲਓ ਬੈਠ ਗਈ, ਥੱਕ ਗਈ ਹੁਣ ਇਹ, ਉਹ ਵੀ ਥੱਕ ਗਿਆ, ਪਹਿਲਾਂ ਸੈਂਡੀ ਨੂੰ ਛੇੜਦੇ ਸੀ ਦੋਨੇ ਜਾਣੇ। ਫਰੋਜ਼ਨ ਨੂੰ ਆਵਾਜ਼ ਸੁਣ ਗਈ, ਫਰੋਜ਼ਨ ਓ ਫਰੋਜ਼ਨ, ਨੀਚੇ ਆ ਕੇ ਬ੍ਰੇਕਫਾਸਟ ਆਪਾਂ ਕਰ ਲਿਆ ਤੇ ਹੁਣ ਆਪਾਂ ਪਾ ਕੇ ਦੇਖਦੇ ਸੂਟ ਕਾਟਨ ਦੇ, ਜਿਹੜੇ ਆਪਾਂ 3-4 ਨਵੇਂ ਸਟਿਚ ਕਰਵਾਇਆ ਗਰਮੀਆਂ ਲਈ। ਤੇ ਕਿਉਂਕਿ ਕਾਟਨ ਦੇ ਸੂਟ ਹਰੇਕ ਗਰਮੀ, ਇੱਕ ਗਰਮੀ ਹੀ ਕੱਢਦੇ ਹੁੰਦੇ ਨੇ ਮੋਸਟਲੀ, ਪਰ ਮੇਰੇ ਤਾਂ 2-2 ਕੱਢ ਜਾਂਦੇ ਕਿਉਂਕਿ ਮੇਰੀ ਤਰਨ ਹੀ ਇੱਕ ਸੂਟ ਦੀ ਇੱਕ ਇੱਕ ਵਾਰ ਆਉਂਦੀ ਹੁੰਦੀ ਹਰੇਕ ਗਰਮੀ। ਅਤੇ ਹੁਣ ਗੁਰਪ੍ਰੀਤ ਨੇ ਥੋੜ੍ਹੇ ਸਟਿਚ ਕਰਕੇ ਮੇਰੇ ਭੇਜੇ ਸੀਗੇ, ਪਾ ਕੇ ਦੇਖਦੇ ਹਾਂ ਆਪਾਂ, ਸੈੱਟ ਆ ਪਹਿਲਾਂ ਤਾਂ, ਬਾਕੀ ਦੇ ਪਾ ਕੇ ਦੇਖੀਏ, ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕੀ ਕਰਨਾ ਅੱਜ। ਕੀ ਹੋ ਰਿਹਾ ਬਈ, ਹੈ ਆਪਣਾ ਮੰਦਰ ਰੈਡੀ ਹੋ ਰਿਹਾ, ਉੱਪਰ ਸ਼ੀਸ਼ਾ ਚੜਾਉਣਾ ਵੱਡਾ ਸਾਰਾ, ਇਧਰੋਂ ਦੀ ਲਿਆ ਕੇ ਉੱਥੇ ਦੀ ਜਾ ਕੇ ਘਰ ਵਾਲੀ ਸਾਈਡ ਜਾਣਾ। ਰੋਜ਼ ਨਵੇਂ ਨਵੇਂ ਟਾਸਕ, ਇਹ ਜਾਣਾ ਉਧਰ ਜਾਣਾ। ਦੀਪ ਇੰਨੀ ਭਾਰੀ ਪਲਾਈ ਦਾ ਟੁਕੜਾ ਲੈ ਕੇ ਚੱਲਿਆ ਪਹਿਲਾਂ, ਕੱਲਾ ਹੀ ਬੰਦਾ ਦੇ ਲਾ, ਹੋਰ ਹੀ ਰੱਖਣੀ ਆ, ਕੱਟ ਲੋ ਮੋੜ ਕੇ ਅੱਧੀ ਅੱਧੀ ਕਰ ਲੋ, ਮੋੜ ਕੇ ਸ਼੍ਰੀ ਕੋਣ ਨਾਲ ਜੋੜ ਦੇ ਹੁਣ ਉਧਰ ਦੋ ਉਹ ਦੇਖ, ਸੁਖਦੀਪ ਦੇਖ, ਹੁਣ ਉੱਪਰ ਦੋ ਹੋ ਗਏ, ਇੱਧਰ ਟੇਬਲ ਵੀ ਆ ਮੂਹਰੇ, ਉਧਰੋਂ ਦੇਖ ਕੇ, ਉਧਰੋਂ 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 ਉਧਰੋਂ
ਉੱਥੇ ਕਰ ਲਿਆ ਜਾ ਕੇ ਹੁਣ ਉੱਪਰ ਦੇਖ ਕੇ ਦੇਖ ਕੇ ਮੈਂ ਤਾਂ ਬੋਰਡ ਉੱਪਰ ਲੱਗਿਆ ਗਾਹਾਂ ਵੀ ਦੇਖ ਲਿਓ ਆ ਵਾਲੀ ਉੱਥੋਂ ਲੰਘ ਜੂਗਾ ਚਲੋ ਟਾਈਮ ਹੋ ਗਿਆ 4:15 ਦਾ ਤੇ 2:30 ਵਜੇ ਮੈਂ ਨਹੀਂ 2:30 ਵਜੇ ਨਹੀਂ ਮੈਂ 1:30 ਵਜੇ ਸੌਂ ਗਈ ਸੀ ਫਿਰ ਮੈਂ ਉੱਠੀ ਹਾਂ 3:45 ਬਹੁਤ ਔਖੀ ਤੇ ਸੋ ਚਲੋ ਜੀ ਹੁਣ ਦੇਖੀਏ ਇੰਦਰਜੀਤ ਕੀ ਕਰਦੇ ਆ ਉੱਪਰ ਆਪਣਾ ਜਿਹੜਾ ਸ਼ੀਸ਼ਾ ਚੜਾਇਆ ਉੱਪਰ ਉਹ ਲਗਾਉਣ ਲਈ ਆਉਣਾ ਸੀ ਉਹਨਾਂ ਨੂੰ ਘੰਟੇ ਤੱਕ ਬਟ ਮੈਨੂੰ ਲੱਗਦਾ ਹਜੇ ਆਏ ਨਹੀਂ ਤੇ ਮੈਂ ਕਾਲ ਕਰਵਾ ਕੇ ਆਉਣੀ ਹਾਂ ਇੰਦਰਜੀਤ ਤੋਂ ਅਤੇ ਉਹਨਾਂ ਨੂੰ ਕਾਲ ਕਰਕੇ ਕਹਿਣ ਲਗਾ ਜਾਣ ਕਿਉਂਕਿ ਅੱਜ ਦੇ ਵਿੱਚ ਉਹ ਬੱਚੇ ਆਪਣੀ ਸਟੱਡੀ ਕਰਨ ਲੱਗੇ ਆ ਦੇਖੀਏ ਫਿਰ ਆਪਾਂ ਲਿਆਂਦੇ ਸੀ ਚੀਕੂ ਕੱਲ ਨਾਰਾਇਣਗੜ੍ਹ ਤੋਂ ਤੋੜ ਕੇ ਪੱਕੇ ਪੱਕੇ ਖਾ ਲਏ ਕਿਵੇਂ ਨੇ ਬਈ ਮਿੱਠੇ ਪਏ ਆ ਡਰ ਗਿਆ ਤੇ ਜਿਹੜੇ ਕੱਚੇ ਸੀਗੇ ਹਜੇ ਮਤਲਬ ਕੈੜੇ ਜੇ ਪਏ ਆ ਉਹ ਆਪਾਂ ਗੱਤੇ ਦੇ ਡੱਬੇ ਦੇ ਵਿੱਚ ਪਾ ਕੇ ਪੱਕਣ ਦੇ ਲਈ ਰੱਖ ਦਿੰਦੇ ਹਾਂ 1 ਜਾਂ 2 ਦਿਨਾਂ ਦੇ ਵਿੱਚ ਬਸ ਇਹ ਪੱਕ ਜਾਂਦੇ ਹੁੰਦੇ ਨੇ ਰੈਡੀ ਹੋ ਜਾਂਦੇ ਨੇ ਖਾਣ ਦੇ ਲਈ ਤੇ ਫਿਰ ਖਾਵਾਂਗੇ ਲੈ ਫੜ ਵੀ ਰੱਖ ਇਹਨੂੰ ਉਹਦੇ ਵਿੱਚ ਉਹਦੇ ਵਿੱਚ ਰੱਖ ਦੇ ਆਪਣੀ ਰਸੋਈ ਚ ਮਾਈਕਰੋ ਦੇ ਰੱਖਣ ਲੱਗੀਆਂ ਇਹ ਇਹਦੇ ਉੱਪਰ ਨਾ ਕੁਝ ਰੱਖਦੀ ਚੀਜ਼ ਵੀ ਗੱਤਾ ਖੁੱਲੇ ਨਾ ਬਾਰ-ਬਾਰ ਡੱਬਾ ਠੀਕ ਆ ਕਿੰਨੇ ਦਿਨ ਦੀ ਟਾਈਮਿੰਗ ਲਾਵਾਂ ਨਹੀਂ ਚੈੱਕ ਕਰ ਲਿਆ ਕਰਨੇ ਆਪਾਂ ਕੁਝ ਕੱਲੂ ਵੀ ਪੱਕ ਜਾਣੇ ਮੇਰੇ ਹਿਸਾਬ ਨਾਲ ਮੇਰੇ ਵਰਗੀ ਭੁੱਲ ਗਈ ਗਲ ਜਾਣ ਮੇਰੀ ਮੰਮੀ ਕਣਕ ਕਈ ਵਾਰ ਭੁੱਲ ਜਾਂਦੀ ਆ ਫਿਰ ਗਲ ਜਾਂਦੇ ਜਾਨੂੰ ਆਪਾਂ ਆ ਗਏ ਉੱਪਰ ਠੰਡੀ ਹਵਾ ਖਾਣ ਦੇ ਲਈ ਤੇ ਨਾਲੇ ਹੁਣ ਥੋੜਾ ਬੂਟਿਆਂ ਨੂੰ ਪਾਣੀ ਪਾ ਦਈਏ ਤੇ ਥੋੜੇ ਚੱਪਣ ਕੱਦੂ ਲੱਗੇ ਹੋਏ ਆ ਮੈਂ ਸੋਚਿਆ ਕਿ ਉਹ ਵੀ ਤੋੜ ਲਈਏ ਇਸ ਤੋਂ ਬਾਅਦ ਤਾਂ ਪੱਕ ਜਾਣੇ ਆ ਹੁਣ ਕੱਚੇ ਜਿਹੇ ਨੇ ਤੇ ਆਪਾਂ ਇਹਨਾਂ ਨੂੰ ਤੋੜ ਕੇ ਫਰਿੱਜ ਦੇ ਵਿੱਚ ਰੱਖ ਲਈਏ ਫਿਰ ਬਣ ਜਾਣਗੇ ਕਿਸੇ ਦਿਨ ਔਰ ਇੱਥੇ ਵੀ ਸਾਈਜ਼ ਵੱਡਾ ਹੋਈ ਜਾਂਦਾ ਥੋੜਾ ਹੋਰ ਲੈਣ ਦਿੰਦੇ ਆ ਫਿਰ ਤੋੜਾਂਗੇ ਜੋ ਬੰਦਾ ਰੋਟੀ ਖਾਣ ਦਾ ਸਟਾਈਲ ਦੇਖ ਲਓ ਕਹਿੰਦਾ ਉੱਪਰ ਠੰਡੀ ਹਵਾ 'ਚ ਜਾ ਕੇ ਖਾਣੀ ਹੈ ਰੋਟੀ ਦੇ ਉੱਪਰ ਸਬਜ਼ੀ ਤਰੀ ਫਿਰਦਾ ਕੀ ਸਬਜ਼ੀ ਬਣੀ ਅੱਜ ਆਪਣੀ ਗਾਜਰ ਮਟਰ ਓਕੇ ਚੱਪਣ ਕੱਦੂ ਤੋੜ ਲਈਏ ਆਪਾਂ ਕੱਚੇ ਜਿਹੇ ਨੇ ਹਜੇ ਤਾਂ 3 ਇਹਨੂੰ ਲੱਗੇ ਹੋਏ ਨੇ 2 ਮੈਂ ਉਸ ਦਿਨ ਤੋੜ ਲਏ ਸੀ ਕੱਲ੍ਹ ਪਰਸੋਂ ਕੋ ਵੀ ਪਏ ਆ 2-3 ਇਹਨੂੰ ਲੱਗੇ ਹੋਏ ਆ ਤੇ ਵਧੀਆ ਸਬਜ਼ੀ ਬਣ ਜਾਣੀ ਹੈ ਹੈ ਟਮਾਟਰ ਵੀ ਲੱਗੇ ਹੋਏ ਲਾਲ ਹੋ ਗਏ ਉਹ ਵੀ ਤੋੜ ਲੈਂਦੇ ਆ ਜਾਂ ਫਿਰ ਨੀਚੋਂ ਥੋੜੀ ਜਿਹਾ ਲੈ ਕੇ ਆ ਛੋਟਾ ਜਿਹਾ ਬੋਈਆ ਜਾਂ ਕੋਈ ਜਾਂ ਭਾਜਾ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਅਤੇ ਮੈਂ ਸਵੇਰੇ ਆ ਗਈ ਉੱਪਰ ਕਿਉਂਕਿ ਵਾਸ਼ਿੰਗ ਮਸ਼ੀਨ ਦੇ ਵਿੱਚ ਕੁਛ ਐਰਰ ਅਜੇ ਆ ਰਹੇ ਸੀਗੇ ਅਤੇ ਹੁਣ ਮੈਂ ਉਹ ਸੋਲਟ ਆਊਟ ਕੀਤੇ ਨੇ ਰਾਤ ਵੀ 10 ਵਜੇ ਤੱਕ ਮੈਂ ਦੇਖਿਆ ਪਹਿਲਾਂ ਅਤੇ ਨਹੀਂ ਠੀਕ ਹੋ ਰਹੇ ਸੀ ਬਟ ਹੁਣ ਆਪਾਂ ਠੀਕ ਕਰ ਦਿੱਤੇ ਨੇ ਅਤੇ ਚੱਲ ਰਹੀ ਹੈ ਹੁਣ ਵਾਸ਼ਿੰਗ ਮਸ਼ੀਨ
ਔਰ ਮੈਂ ਜਿਹੜੀ ਕੱਲ੍ਹ ਸਬਜ਼ੀ ਤੋੜੀ ਸੀ ਮੈਂ ਉੱਪਰ ਹੀ ਭੁੱਲ ਗਈ ਸੀਗੀ ਅਤੇ ਹੁਣ ਕੁਛ ਸ਼ਿਮਲਾ ਮਿਰਚ ਵੀ ਲੱਗੀਆਂ ਹੋਈਆਂ ਨੇ ਮੈਂ ਸੋਚਿਆ ਕਿ ਉਹ ਵੀ ਤੋੜ ਲੈਂਦੇ ਹਾਂ ਕੁਛ ਫਰਿੱਜ ਦੇ ਵਿੱਚ ਪਈਆਂ ਹੋਈਆਂ ਪਹਿਲਾਂ ਹੀ ਅਤੇ ਫਿਰ ਆਪਾਂ ਲੈ ਕੇ ਚੱਲਦੇ ਹਾਂ ਸਾਰੀ ਸਬਜ਼ੀ ਨੀਚੇ ਇਹ ਮੈਂ ਰਾਤ ਤੋੜੀ ਸੀਗੀ ਚੱਪਣ ਕੱਦੂ ਔਰ ਟਮਾਟਰ ਸ਼ਿਮਲਾ ਮਿਰਚ ਕੁਛ ਲੱਗੀਆਂ ਹੋਈਆਂ ਨੇ ਉਹ ਹੁਣ ਤੋੜ ਲੈਂਦੇ ਹਾਂ ਕਿਉਂਕਿ ਗਮਲੇ ਦੇ ਵਿੱਚ ਨਾ ਬੂਟੇ ਛੋਟੇ ਹੋਣ ਕਰਕੇ ਜ਼ਿਆਦਾ ਵੱਡਾ ਸਾਈਜ਼ ਨਹੀਂ ਹੁੰਦਾ ਇੰਨਾ ਕੁ ਸਾਈਜ਼ ਇਨਫ ਹੈ ਬਸ ਕਿਉਂਕਿ ਜ਼ਿਆਦਾ ਵੱਡਾ ਸਾਈਜ਼ ਹੋ ਕੇ ਉਸ ਤੋਂ ਬਾਅਦ ਗਰਮੀ ਸਟਾਰਟ ਹੋ ਜਾਂਦੀ ਹੈ ਆਹ ਵਾਲੀ ਹੈ ਤਾਗ ਦੇ ਇਲਾਕੇ ਅਤੇ ਫਿਰ ਮੈਂ ਕਿਹਾ ਚਲੋ ਤੋੜ ਲੈਂਦੇ ਹਾਂ ਇਹਨਾਂ ਨੂੰ ਹੁਣ ਲਓ ਜੀ ਤੋੜ ਲਈ ਆਪਾਂ ਸ਼ਿਮਲਾ ਮਿਰਚ ਵੀ ਔਰ ਚੱਪਣ ਕੱਦੂ ਕੱਲ੍ਹ ਤੋੜ ਲਏ ਸੀ ਅਜੇ ਵੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਸ਼ਿਮਲਾ ਮਿਰਚ ਛੋਟੇ ਛੋਟੇ ਬੂਟਿਆਂ ਨੂੰ ਬਸ ਇੱਕ ਦੋ ਦਿਨ ਦੇ ਵਿੱਚ ਇਹ ਵੀ ਸਾਰੀ ਰੈਡੀ ਹੋ ਜਾਣੀ ਆ ਭਿੰਡੀ ਵੀ ਲੱਗਣ ਲੱਗ ਗਈ ਕਾਫੀ ਸਾਰੀ ਤੋੜਾਂਗੇ ਕਿਸੇ ਦਿਨ ਭਿੰਡੀ ਜੋ ਬੰਦੀ ਫੇਵਰੇਟ ਉਹ ਕਰੇਲਾ ਲੱਗ ਕੇ ਪੱਕ ਗਿਆ ਇਹਨੂੰ ਵੀ ਥੋੜ੍ਹੇ ਦਿਨਾਂ ਤੱਕ ਤੋੜਾਂਗੇ ਹਜੇ ਨਹੀਂ ਇੱਕ ਉਹ ਲੱਗਿਆ ਹੋਇਆ ਚਲੋ ਜੀ ਚੱਲੀਏ ਨੀਚੇ ਰੈਡੀ ਸ਼ੈਡੀ ਹੋ ਕੇ ਆਪਾਂ ਆ ਗਏ ਨੀਚੇ ਅਤੇ ਚਲੋ ਫਿਰ ਦੇਖੀਏ ਉੱਧਰ ਕੰਮ ਕਾਰ ਕੀ ਕਰਦੇ ਨੇ ਸਾਰੇ ਜਾਣੇ ਕਿਉਂਕਿ ਫਿਰ ਤਾਂ ਆਪਾਂ ਓਏ ਪਰਦੇ ਲਗਾ ਕੇ ਇੱਥੇ ਬੈਠ ਜਾਣਾ ਹਟ ਜਾ ਮੈਕਸ ਹਟਦਾ ਨਹੀਂ ਚੱਲ ਉੱਧਰ ਚਲੋ ਚੱਲੀ ਸਵੇਰੇ ਸਵੇਰੇ ਮਾਇਆ ਹੀ ਮਾਇਆ ਇਹ ਉਹ ਨੋਟ ਨੇ ਜਿਹੜੇ ਕਿ ਥੋੜ੍ਹੇ ਥੋੜ੍ਹੇ ਜਾਂ ਫਟੇ ਹੋਏ ਨੇ ਅਤੇ ਮੈਂ ਸਾਂਭ ਸਾਂਭ ਕੇ ਰੱਖੇ ਹੋਏ ਸੀ ਇੰਦਰਜੀਤ ਕਹਿੰਦੇ ਇਹਨਾਂ ਨੂੰ ਵੀ ਚੇਂਜ ਕਰਵਾ ਲਾ ਕਿਤੋਂ ਜਿੱਦਾਂ ਇਹ ਵਾਲਾ ਪਰਸ ਦੀ ਜਿੱਪ ਵਗੈਰਾ ਦੇ ਵਿੱਚ ਆ ਜਾਂਦਾ ਸੀ ਅਤੇ ਇਹ ਥੋੜ੍ਹਾ ਜਿਹਾ ਜਾਂ ਤਾਂ ਧੋਤਾ ਗਿਆ ਫਿੱਕਾ ਜਿਹਾ ਹੋ ਗਿਆ ਇਹ ਆਪਾਂ ਗਿੱਲਾਂ ਤੋਂ ਚੇਂਜ ਕਰਵਾਉਣੇ ਨੇ ਇੱਥੇ ਕਰਦੇ ਨੇ ਅਤੇ ਹੁਣ ਮੈਂ ਇਹਨਾਂ ਨੂੰ ਰੱਖ ਲਵਾਂ ਸੈੱਟ ਕਰਕੇ 100 ਦਾ ਪੁਰਾਣਾ ਨੋਟ ਅਤੇ ਆਹ ਵੀ 100 ਦਾ 200 ਦਾ ਕਾਫੀ ਸਾਰੇ ਨੋਟ ਨੇ ਹੁਣ ਸੈੱਟ ਜਿਹੇ ਕਰਕੇ ਲਾਉਣੇ ਇਹਨਾਂ ਨੂੰ ਫਿਰ ਆਪਾਂ ਗਿੱਲਾਂ ਤੋਂ ਇਹਨਾਂ ਨੂੰ ਚੇਂਜ ਕਰਾ ਕੇ ਲੈ ਕੇ ਆਵਾਂਗੇ ਲਓ ਵੀ ਮੈਕਸ ਦੀ ਚਮਟ ਪੈ ਚੁੱਕੀ ਆ ਛੋਟਾ ਜਿਹਾ ਡੱਡੂ ਦੀ ਗਏ ਇਹਨੂੰ ਉੱਥੇ ਹੱਥ ਪਾਵਾ ਕੱਢਦਾ ਦੱਸ ਹੁਣ ਇਹਨੇ ਇੱਥੇ ਬੈਠਾ ਰਹਿਣਾ ਥੱਕ ਗਿਆ ਪਹਿਲਾਂ ਉਹ ਇੱਧਰ ਦੀ ਆ ਗਿਆ ਸੀ ਇੱਧਰ ਅੱਜ ਨਹੀਂ ਛੱਡਦਾ ਮੈਕਸ ਡੱਡੂ ਵਿਚਾਰਾ ਕੀ ਕਰੇ ਕਹਿੰਦਾ ਜੇ ਬਾਹਰ ਨਿਕਲਦਾ ਤਾਂ ਵੀ ਮਰਦਾ ਜੇ ਇੱਥੇ ਬੈਠਾ ਰਹੂੰ ਤਾਂ ਵੀ ਮਰੂੰਗਾ ਬਾਲ ਕੱਢ ਲਈ ਆਪਦੀ ਮੂੰਹ ਨਾਲ ਦੇਖ ਲਾ ਹੇਠ ਕਿੱਥੇ ਨੂੰ ਚੱਲੀ ਆ ਮਗਰ ਦੀ ਮਗਰ ਲੋਕ ਇਹਨਾਂ ਲਾਈ ਬੈਠੇ ਹੁਣ ਖੁੱਲੀ ਆ ਆ ਜਾ ਫਿਰ ਬਾਲਾਂ ਦੇਖ ਲਓ ਮੇਰਾ ਕਲੈਕਚਰ ਕਿੱਥੇ ਫਿਰਦਾ
ਇੱਕ ਆਪਾਂ ਆਹ ਟੇਬਲ ਲੈਣਾ ਉੱਥੇ ਮੰਦਰ ਚ ਰੱਖਣ ਨੂੰ। ਹਾਂ ਚੋਰੀ ਚੋਰੀ ਲੈ ਜਾਣਾ ਇਹ। ਦਾਲ ਦਾਲ ਬਣਦੀ ਆ ਗਾਈਜ਼ ਵੀਰੇ, ਮਸਾਲੇ ਸਾਰੇ ਪਾ ਲਏ। ਮੂੰਗੀ ਬਸਰੀ ਬਣਾਉਣਾ ਜੀ, ਮੂੰਗੀ ਬਸਰੀ ਇਹ ਹੈ। ਮੈਂ ਖਬਰਾਂ ਤੁਸੀਂ ਕੁਛ ਹੋਰ ਕਹਿੰਦੇ ਹੋਵੋ ਤਾਂ ਪੁੱਛਿਆ ਤੈਨੂੰ ਕੀ ਪਾਤਾ। ਹੁਣ ਤਾਂ ਹਲਦੀ ਪਾ ਲਈ, ਮਿਰਚਾਂ ਪਾ ਲਈਆਂ, ਦੁਬਾਰੇ ਪਾਈ ਜਾਂਦਾ ਉਹ ਘੱਟ ਰਹਿ ਗਈ ਹੋਊਗੀ। ਆ ਕੀ ਆ? ਧਨੀਆ। ਧਨੀਆ? ਅੱਛਾ ਧਨੀਆ ਪਾਊਡਰ ਪਾਤਾ। ਕਿੰਨੀ ਸੀਟੀ ਮਰਾਏਗਾ ਹੁਣ ਇਹਨੂੰ? ਦੋ। ਹਾਂ ਇਹ ਤਾਂ ਠੀਕ ਆ, ਦੋ ਚ ਬਣ ਜਾਂਦੀ। ਉਬਾਲਣੇ ਨੀ ਸੀਗੇ ਤੂੰ, ਕਿ ਤੜਕਾ ਲਾਏਗਾ ਹੁਣ ਕੀ ਕਰੇਗਾ? ਚੱਲ ਕੋਈ ਨਾ, ਕਹੇਗਾ ਬੋਲੀ ਜਾਂਦੀ ਆ ਕੀ ਲੱਭਦਾ ਹੁਣ ਤੂੰ? ਜੀਰਾ ਸਿੱਖ ਸਿੱਖ ਲਾ ਕੁੜੀਏ, ਤੱਤ ਭੜਤੀ ਪ੍ਰਾਹੁਣੇ ਆ ਜਾਣ, ਐਵੇਂ ਬਣਾ ਕੇ ਖਵਾ ਦੋ। ਦਾਲ ਦੇਖੀ ਤੂੰ ਕਿੰਨੀ ਵਧੀਆ ਬਣਨੀ ਇਹਨਾਂ ਦੀ, ਸਾਰਾ ਕੁਛ ਸਿੱਖਣ ਮਿਕਸ। ਹੋਰ ਲੈ ਚੌਲ ਬਣ ਗਏ, ਵੱਧ ਪਾਣੀ ਸੁੱਟ ਦੇਣਾ ਹੈਨਾ। ਲੈ ਘੁਲੀ ਜਾਂਦੀਆਂ ਨੇ ਘੰਟਾ, ਪਿਆਜ ਕੱਟ ਲੋ, ਆਹ ਕੱਟ ਲੋ, ਤਾਂ ਲੜਾਈ ਹੋ ਜਾਂਦੀ ਹੈ ਕਿ ਤੂੰ ਬਣਾ ਮੈਂ ਕੋ ਟਾਈਮ ਹੋ ਗਿਆ 5:15 ਦਾ ਤੇ ਆਪਾਂ ਚੱਲਿਆ ਹੁਣ ਉੱਪਰ ਨੂੰ, ਤੇ ਦੇਖਦੇ ਹਾਂ ਉੱਪਰ ਜਾ ਕੇ ਕਰਦੇ ਹਾਂ ਕਿਉਂਕਿ ਅੱਜ ਆਪਾਂ ਥੋੜਾ ਜਲਦੀ ਉੱਪਰ ਚੱਲੇ ਹਾਂ ਕਿਉਂਕਿ ਸਕੂਲ ਤੋਂ ਆ ਕੇ ਜੋਬਨ ਨੇ ਹਜੇ ਅੱਧਾ ਘੰਟਾ ਹੀ ਹੋਇਆ ਸੀ, ਚਾਹ ਹੀ ਪੀਂਦਾ ਸੀ, ਚਾਹ ਪੀ ਕੇ ਉੱਧਰ ਭਾਂਡੇ ਰੱਖਣ ਗਿਆ ਤੇ ਪਤਾ ਨਹੀਂ ਕਿਵੇਂ ਭੱਜਦੇ ਰਹਿੰਦੇ ਨੇ ਬੱਚੇ, ਬਹੁਤ ਜ਼ਿਆਦਾ ਸ਼ਰਾਰਤਾਂ ਕਰਦੇ ਨੇ ਤੇ ਜਦੀ ਇਹਨੇ ਸੱਟ ਖਾ ਲਈ ਮੋਢੇ ਤੇ। ਉਸ ਤੋਂ ਬਾਅਦ ਆਪਾਂ ਡਾਕਟਰ ਦੇ ਵੀ ਲੈ ਕੇ ਗਏ ਸੀ ਬਟ ਉਹ ਕਹਿੰਦੇ ਵੀ ਅਸੀਂ ਤੱਤੇ ਘਾਹ ਕੋਈ ਵੀ ਹੱਥ ਨਹੀਂ ਲਗਾਵਾਂਗੇ ਮੋਢੇ ਨੂੰ, ਸੋਜਾ ਤਾਂ ਆਇਆ ਹੋਇਆ ਮੋਢੇ ਤੇ, ਬਟ ਉਹ ਕਹਿੰਦੇ ਕਿ ਤੁਸੀਂ ਬਰਫ਼ ਦੀ ਮਸਾਜ ਕਰੋ ਤੇ ਫਿਰ ਦੇਖਦੇ ਹਾਂ ਆਪਾਂ, ਕੱਲ੍ਹ ਐਕਸਰੇ ਕਰਾਉਣੇ ਪੈਣੇ ਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਕੁਛ ਕਹਿ ਸਕਦੇ ਹਾਂ ਤੇ ਦੇਖਦੇ ਹਾਂ ਐਕਸਰੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਜਾਂ ਸਹੀ ਆਉਂਦਾ। ਉਹ ਕਹਿੰਦੇ ਅਗਰ ਤਾਂ ਬਰਫ਼ ਨਾਲ ਸੋਜਾ ਘੱਟ ਜਾਂਦਾ ਆ ਫਿਰ ਤਾਂ ਇੰਨੀ ਪ੍ਰੋਬਲਮ ਹੈ ਨਹੀਂ, ਮਤਲਬ ਕੋਈ ਟੈਨਸ਼ਨ ਕਰਨ ਦੀ। ਬਾਂਹ ਉੱਪਰ ਤਾਂ ਚੱਕ ਲੈਂਦਾ ਬਟ ਮਤਲਬ ਸਰਕਲ ਨਹੀਂ ਕਰਦੀ ਹੈਗੀ ਬਾਂਹ, ਔਰ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਹੁਣ ਉੱਪਰ ਚੱਲਦੇ ਹਾਂ। ਆਪਾਂ ਇਹਨੂੰ ਦਿੱਤੀ ਆ ਥੋੜ੍ਹੀ ਜਿਹੀ ਪੇਨ ਕਿਲਰ। ਹਾਂਜੀ ਰੋਣਾ ਨਹੀਂ ਹੈਗਾ ਬੱਚਾ, ਬ੍ਰੇਕ। ਰੋ ਕਿਉਂ ਰਿਹਾ ਹੁਣ? ਨੋ ਰੋਣਾ ਨਹੀਂ, ਨੋ। ਚਲੋ ਉੱਪਰ ਚੱਲੀਏ, ਉੱਪਰ ਜਾ ਕੇ ਸੌਂ ਜਾਓ ਰੋਟੀ ਖਾ ਕੇ, ਠੀਕ ਹੈ?
ਚਲੋ ਗੁੱਡ ਬਾਏ, ਉੱਠੋ 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 ਉੱਠੋ। ਬਰੇਬ ਬੋਆਏ ਆ, ਆਹ ਵਾਲੇ ਮੋਢੇ 'ਤੇ ਲੱਗੀ ਆ ਸੱਟ, ਦਿਖਾਤਾ ਹੁਣ ਤਾਂ ਠੀਕ ਲੱਗਦੀ ਹੈ ਮੈਨੂੰ, ਹੈ ਹੈ ਠੀਕ ਹੋ ਜਾਣੀ ਆ ਸਵੇਰ ਤੱਕ, ਚੱਲ ਚੱਲੀਏ, ਰੋਣਾ ਨਹੀਂ, ਬਹੁਤ ਰੋ ਲਿਆ। ਉੱਪਰ ਆ ਕੇ ਆਪਾਂ ਆ ਗਏ ਲਾਸਟ ਵਾਲੇ ਫਲੋਰ 'ਤੇ, ਮੈਂ ਸੋਚਿਆ ਨਾ ਇਹ ਤਾਂ ਜੋ ਬੰਦਾ ਥੋੜ੍ਹਾ ਮਨ ਜਿਹਾ ਕੁਛ ਹੋਰ ਹੋ ਜੂਗਾ, ਅਤੇ ਨਾਲੇ ਬੇਲਾਂ ਵਗੈਰਾ ਨੂੰ ਪਾਣੀ ਪਾ ਦਈਏ, ਔਰ ਨਾ ਮਹਿਕ ਨੂੰ ਹੈਗੀ ਇੱਕ ਐਕਟੀਵਿਟੀ ਜੀ ਉਹ ਕਰੀਏ। ਅਤੇ ਐਕਟੀਵਿਟੀ ਕੀ ਆ ਦਿਖਾਉਂਦੀ ਹਾਂ, ਅਤੇ ਚਲੋ ਜੀ ਮਹਿਕ ਪਹਿਲਾਂ ਤਾਂ ਤਿੰਨੇ ਗਲਾਸਾਂ ਦੇ ਵਿੱਚ ਥੋੜ੍ਹੀ ਥੋੜ੍ਹੀ ਮਿੱਟੀ ਪਾ ਕੇ ਲੈ ਕੇ ਆ। ਨਾਲੇ ਬਹੁਤ ਡਸਟ ਉੜੀ ਫਿਰਦੀ ਆ, ਕਿਉਂਕਿ ਜਦੋਂ ਤੱਕ ਤੂੜੀਆਂ ਨਹੀਂ ਬਣਦੀਆਂ ਸਾਰੀਆਂ ਬਹੁਤ ਜ਼ਿਆਦਾ ਡਸਟ, ਛੋਟੇ ਛੋਟੇ ਕਣ ਜਿਹੇ ਉੜੇ ਫਿਰਦੇ ਨੇ, ਇਸ ਲਈ ਘਰ ਦੀ ਵੀ ਡਸਟਿੰਗ ਡੀਪਲੀ ਆਪਾਂ ਸਾਰੀ ਬਾਅਦ ਵਿੱਚ ਹੀ ਕਰਾਂਗੇ, 10 ਤਰੀਕ ਤੋਂ ਬਾਅਦ ਉਦੋਂ ਤੱਕ ਸਾਰੀਆਂ ਬਣ ਜਾਣਗੀਆਂ। ਤਿੰਨੇ ਗਲਾਸਾਂ ਦੇ ਵਿੱਚ ਉਹ ਮਿੱਟੀ ਪਾ ਲਾ, ਉੱਥੋਂ ਪਾ ਲਾ ਮਿੱਟੀ, ਉੱਥੇ ਤੱਕ ਪਈ ਆ, ਪੇਠੇ ਕੋਲ ਹੀ ਪਾਉਣੀ ਆ, ਕਹੀ ਕੀ ਕਰਨੀ ਆ, ਹੱਥ ਨੱਬਾ ਕਹੀ ਨਾ, ਬਾਲਟੀਆਂ ਭਰਨੀਆਂ ਨੇ, ਉੱਪਰੋਂ ਜੇ ਪਾ ਲਾ, ਭਰਨੇ ਨਹੀਂ ਹੈਗੇ ਅੱਧਕ ਤੱਕ ਪਾਈ। ਲਓ ਵੀ ਐਕਟੀਵਿਟੀ ਦਾ ਸਮਾਨ ਸਾਰਾ ਰੈਡੀ ਆ ਮੈਂ ਕੋਲ, ਅਤੇ ਹੁਣ ਪਹਿਲਾਂ ਤਾਂ ਪੱਤੇ ਵਾਲੀ ਕਰਦੇ, ਪੱਤਾ ਬਾਊਲ ਦੇ ਵਿੱਚ ਰੱਖ ਕੇ, ਬਾਊਲ ਦੇ ਵਿੱਚ ਹੈਗਾ ਪਾਣੀ ਅਤੇ ਬਾਊਲ ਦੇ ਵਿੱਚ ਰੱਖ ਕੇ ਉੱਪਰ ਪੱਥਰ ਰੱਖਦੇ। ਹੁਣ ਇਹ ਕਾਹਦੇ ਨਾਲ ਰਿਲੇਟਡ ਆ, ਇਹ ਮੀਨਸ ਜੇ ਮੈਮ ਕਹਿੰਦੇ ਵੀ ਬਾਹਰੋਂ ਬੂਟੇ ਸਾਹ ਲੈ ਸਕਦੇ ਆ, ਤਾਂ ਆਪਾਂ ਪਾਣੀ ਦੇ ਅੰਦਰਲੇ ਨੇ ਜਿਹੜੇ ਉਹ ਕਿੱਦਾਂ ਸਾਹ ਲੈਂਦੇ ਆ। ਹਾਂ ਠੀਕ ਹੈ, ਹੁਣ ਇਹਨੂੰ 5-6 ਘੰਟੇ ਬਾਅਦ ਦੇਖਾਂਗੇ, ਤਾਂ ਇਹਦੇ ਆਲੇ ਦੁਆਲੇ ਜਿਹੜੇ ਬਬਲਸ ਬਣੇ ਹੋਣਗੇ, ਤਾਂ ਉੱਥੋਂ ਸਾਨੂੰ ਪਤਾ ਕਿ ਜਿਹੜਾ ਕੋਈ ਵੀ ਪਲਾਂਟ ਆ ਪਾਣੀ ਦੇ ਵਿਚਲਾ ਉਹ ਕਿੱਦਾਂ ਸਾਹ ਲੈਂਦਾ ਆ। ਠੀਕ ਹੈ, ਅਤੇ ਜਿਹੜੀ ਸੀਡਸ ਵਾਲੀ ਆ ਉਹ ਹੈਗੀ ਆ ਕਿ ਸੀਡਸ ਕਿੱਦਾਂ ਗਰੋ ਕਰਦੇ ਆ। ਠੀਕ ਹੈ, ਚੱਲ ਹੁਣ ਇਹਦੇ ਵਿੱਚ ਥੋੜ੍ਹਾ ਥੋੜ੍ਹਾ ਪਾਣੀ ਪਾ, ਤਿੰਨਾਂ ਦੇ ਵਿੱਚ, ਤਿੰਨਾਂ ਮਿੱਟੀ ਵਾਲਿਆਂ ਦੇ ਵਿੱਚ। ਬਾਲਟੀ ਸਾਡੇ ਕੋਲ ਬ੍ਰੈਂਡਡ ਆ, ਬਾਲਟੀ 'ਤੇ ਜਾਇਓ ਨਾ, ਹੱਥ ਨਾ ਪਾ, ਇੱਦਾਂ ਵੱਧ ਪੈ ਜਾਣਾ। ਹਾਂ ਥੋੜ੍ਹਾ ਥੋੜ੍ਹਾ ਹੀ ਚਾਹੀਦਾ। ਪਾ ਲਿਆ ਪਾਣੀ ਤਿੰਨਾਂ ਦੇ ਵਿੱਚ, ਹੁਣ ਤਿੰਨਾਂ ਦੇ ਵਿੱਚ ਸੀਡਸ ਲਗਾ ਦੇ, ਥੋੜ੍ਹੇ ਥੋੜ੍ਹੇ ਲਗਾਉਣੇ ਨੇ, ਇੱਕ ਦੇ ਵਿੱਚ ਰਾਜਮਾਂਹ, ਇੱਕ ਦੇ ਵਿੱਚ ਕਾਲੇ ਚਨੇ, ਅਤੇ ਇੱਕ ਦੇ ਵਿੱਚ ਹਰੀ ਮੂੰਗੀ। ਬਸ ਕੁਛ ਨਹੀਂ ਕਰਨ ਦੀ ਲੋੜ ਹੈਗੀ, ਇੱਦਾਂ ਹੀ ਥੋੜ੍ਹੇ ਥੋੜ੍ਹੇ ਪਾ ਦੇ, ਉੱਪਰ ਦੀ ਆਪਾਂ ਮਿੱਟੀ ਪਾ ਕੇ ਫਿਰ ਪਾਣੀ ਪਾ ਦੇਣਾ, ਫਿਰ ਇਹਨਾਂ ਥੋੜ੍ਹੇ ਦਿਨਾਂ ਤੱਕ ਗਰੋ ਹੋ ਜਾਣਾ। ਵਾਲੇ ਨਹੀਂ ਪਾਉਣੇ ਹੈਗੇ ਮੁੱਠੀ ਭਰ ਕੇ, ਬਸ ਬਸ ਬਸ, ਬਹੁਤ ਆ, ਇਨਾਫ ਇਨਾਫ। ਲਓ ਜੀ ਐਕਟੀਵਿਟੀ ਹੋ ਗਈ ਡਨ ਆਪਣੀ, ਦਾਲਾਂ ਬੀਜ ਲਈਆਂ, ਹੁਣ ਦਾਲਾਂ ਵੀ ਆਪਣੇ ਘਰ ਦੀਆਂ, ਸਬਜ਼ੀਆਂ ਤਾਂ ਘਰ ਦੀਆਂ ਸੀਗੀਆਂ, ਹੁਣ ਦਾਲਾਂ ਵੀ ਘਰ ਦੀਆਂ ਹੀ ਬੀਜ ਲਈਆਂ, ਅਤੇ ਆਹ ਵੀ ਹੋ ਗਈ। ਹੁਣ ਆਪਾਂ ਫੋਟੋ ਭੇਜ ਦਈਏ ਇਹਦੇ ਮੈਡਮ ਨੂੰ ਖਿੱਚ ਕੇ, ਚੱਲ ਵੀ ਰੱਖ ਇਹਨਾਂ ਨੂੰ ਕਿੱਥੇ ਰੱਖਣਾ, ਫੋਟੋ ਕਰਾ। ਜੋ ਬੰਦੇ ਮੂੰਹ ਬੁਲਾਤੀ ਆਪਾਂ ਹੁਣੇ ਪੈ ਗਿਆ, ਠੀਕ ਆ ਹੁਣ ਹੈ, ਤੇ ਸਕੂਲ ਜਾ ਹੋ ਜੂ ਸਵੇਰੇ, ਹੈ ਓ ਵੀਜ਼ਾ। ਜੋ ਬੰਦੇ ਪੁੱਛਦੀ ਆ ਮੈਂ ਕਿਹਾ ਸਵੇਰੇ ਸਕੂਲ ਜਾ ਹੋ ਜੂਗਾ, ਕੀ ਕਹਿਣਾ ਸ਼ਾਇਦ, ਚੱਲ ਮੈਨੂੰ ਰਾਤ ਨੂੰ ਦੱਸ ਦੀ ਜਦੋਂ ਜਾਗ ਆਊ, ਚੰਗਾ ਵੀ ਮੰਮਾ ਮੈਂ ਸਕੂਲ ਚਲਾ ਜਾਊ, ਠੀਕ ਆ, ਫਿਰ ਦੇਖਦਾ ਕੀ ਕਰਨਾ। ਓਕੇ ਵੀ ਜੋਵਨ ਕੁਛ ਕੁ ਤਾਂ ਠੀਕ ਆ, ਤੇ ਬਾਕੀ ਮਾਪਾ ਸਵੇਰੇ ਦੇਖਦੇ ਆ, ਐਕਸਰੇ ਤਾਂ ਇੱਕ ਵਾਰ ਕਰਵਾਵਾਂਗੇ, ਫਿਰ ਕਨਫਰਮ ਜਿਹਾ ਹੋ ਜਾਂਦਾ, ਸ਼ੱਕ ਜਿਹਾ ਨਿਕਲ ਜਾਂਦਾ ਕਿ ਠੀਕ ਹੈ, ਬਸ ਸੋਜ ਹੀ ਹੈ ਮਾੜੀ ਮੋਟੀ, ਤੇ ਬਾਕੀ ਐਕਸਰੇ ਕੱਲ ਕਰਵਾਉਂਦੇ ਆ ਤੇ ਦੇਖਦੇ ਆ ਫਿਰ ਐਕਸਰੇ ਵਿੱਚ ਕੀ ਆਉਂਦਾ, ਤੇ ਉੱਥੇ ਡਾਕਟਰ ਤੋਂ ਦਵਾਈ ਲਵਾਂਗੇ। ਪਹਿਲਾਂ ਹੁਣ ਡਾਕਟਰ ਦੇਖਦੇ ਆ ਕਿਹੜੇ ਦੇ ਜਾਣਾ, ਹੱਡੀਆਂ ਵਾਲੇ ਦੇ
ਸੋ ਚਲੋ ਜੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਕੱਲ ਦੱਸਦੇ ਆ ਫਿਰ ਜੋ ਬੰਦੇ ਹਾਲ ਚਾਲ। ਥੈਂਕ ਯੂ, ਗੁੱਡ ਨਾਈਟ।